ਅੱਜ ਦੱਸੂ ਬੀਏ ਬੀਏ ਸੀ ਦਾ ਜਿਹੜਾ ਪੰਜਾਬੀ ਦਾ ਪੇਪਰ ਹੋਣ ਜਾ ਰਿਹਾ ਫਸਟ ਸੈਮੈਸਟਰ ਦਾ ਉਹ ਪੇਪਰ ਕਿਸ ਤਰ੍ਹਾਂ ਦਾ ਹੋਣਾ ਪੇਪਰ ਪੈਟਰਨ ਦੇ ਇੰਪੋਰਟੈਂਟ ਕੁਐਸਚਨ ਦੱਸਣ ਜਾ ਰਹੇ ਹਾਂ ਆਨਲਾਈਨ ਪੇਪਰ ਹੋਣ ਜਾ ਰਿਹਾ ਮੈਨੂੰ ਪਤਾ ਹੈ ਲੇਕਿਨ ਤੁਹਾਨੂੰ ਪੇਪਰ ਪੈਟਰਨ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਇੰਪੋਰਟੈਂਟ ਕੁਐਸਚਨ ਜੇਕਰ ਤੁਹਾਨੂੰ ਪਤਾ ਤੁਸੀਂ ਤਾਂ ਹੀ ਪੇਪਰ ਕਰ ਸਕਦੇ ਹੋ ਲੱਭਣਾ ਵੀ ਔਖਾ ਹੁੰਦਾ ਬੁੱਕ ਦੇ ਵਿੱਚੋਂ ਜ਼ਰੂਰ ਇਹ ਵੀਡੀਓ ਨੂੰ ਲਾਸਟ ਤੱਕ ਦੇਖੋ ਤੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਿਓ ਹਰ ਇੱਕ ਜਾਣਕਾਰੀ ਆਨਲਾਈਨ ਪੇਪਰਾਂ ਨਾਲ ਸੰਬੰਧ ਟੈਲੀਗ੍ਰam ਚੈਨਲ ਤੇ ਦਿੱਤੀ ਜਾਂਦੀ ਹੈ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਚ ਹਾਂਜੀ ਸਭ ਤੋਂ ਪਹਿਲਾਂ ਦੇਖੋ ਇੱਥੇ ਲਿਖਿਆ ਗਿਆ ਲਿਖਾਈ ਸਾਫ਼ ਤੇ ਸਪਸ਼ਟ ਹੋਣੀ ਚਾਹੀਦੀ ਹੈ ਸੇਮ ਤੁਹਾਡੇ ਕੁਐਸਚਨ ਪੇਪਰ ਉੱਪਰ ਲਿਖਿਆ ਜਾਊਗਾ ਜੋ ਤੁਹਾਡਾ ਕੁਐਸਚਨ ਪੇਪਰ ਆਊਗਾ ਆਨਲਾਈਨ ਠੀਕ ਹੈ ਟੋਟਲ ਤੁਹਾਡੇ ਕੋਲ 45 ਮਾਰਕਸ ਹੈਗੇ ਨੇ ਮੈਕਸਿਮਮ ਠੀਕ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਕਾਵ ਟੋਟਾ ਤੁਹਾਨੂੰ ਆਉਣਾ ਬਾ ਠੀਕ ਹੈ ਦੋਨਾਂ ਦੇ ਵਿੱਚੋਂ ਤੁਸੀਂ ਇੱਕ ਜ ਕਰਨਾ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਉਸ ਤੋਂ ਬਾਅਦ ਸੈਕਿੰਡ ਤੁਹਾਡੇ ਕੋਲ ਇੱਕ ਸਾਰ ਹੋਣਾ ਕੇਂਦਰੀ ਭਾਵ ਹੋਣਾ ਠੀਕ ਹੈ ਤੁਸੀਂ ਦੋਨਾਂ ਦੇ ਵਿੱਚੋਂ ਇੱਕ ਦਾ ਕੇਂਦਰੀ ਭਾਵ ਵੀ ਲਿਖਣਾ ਸਾਰ ਵੀ ਲਿਖਣਾ ਠੀਕ ਹੈ ਕਿਸੇ ਇੱਕ ਦਾ ਸਾਰ ਅਤੇ ਕੇਂਦਰੀ ਭਾਵ ਦੋਨੇ ਕੁਝ ਲਿਖਣਾ ਸਾਰ ਦਾ ਹੈਡਿੰਗ ਬਣਾ ਕੇ ਕੇਂਦਰੀ ਭਾਵ ਦਾ ਹੈਡਿੰਗ ਬਣਾ ਕੇ ਦੋਨੇ ਤੁਹਾਡੇ 5-5 ਨੰਬਰ ਦੇਣੇ ਠੀਕ ਹੈ ਸਾਰ ਵੀ 5 ਨੰਬਰ ਦਾ ਕੇਂਦਰੀ ਭਾਵ ਵੀ 5 ਨੰਬਰ ਦਾ ਉਸ ਤੋਂ ਬਾਅਦ 5 ਪ੍ਰਸ਼ਨਾਂ ਦੇ ਉੱਤਰ ਦੇਣੇ ਪੰਜਾਬੀ ਦੇ ਵਿੱਚ ਠੀਕ ਹੈ ਪੰਜਾਬੀ ਦਾ ਪੇਪਰ ਆ ਠੀਕ ਹੈ 5 ਪ੍ਰਸ਼ਨਾਂ ਦੇ ਉੱਤਰ ਦੇਣੇ ਤੁਸੀਂ ਇਹਨਾਂ ਦੇ ਵਿੱਚੋਂ ਠੀਕ ਹੈ ਤੁਹਾਡੇ ਕੋਲ ਸਾਹਮਣੇ ਕੁਐਸਚਨ ਦਿੱਤੇ ਹੋਏ ਨੇ ਜੇ ਮੇਰੇ ਕੋਲ ਲਾਸਟ ইয়ার ਦਾ পেਪਰ ਆ ਸੇਮ ਕੁਐਸਚਨ ਹੀ ਤੁਹਾਨੂੰ ਆਉਣੇ ਨੇ ਠੀਕ ਹੈ ਪੇਪਰ ਪੈਟਰਨ ਜਿਹੜਾ ਉਸ ਵਾਰ ਇੱਕ 500 ਸ਼ਬਦਾਂ ਦੇ ਲੇਖ ਲਿਖਣਾ ਹੈ ਇਸਤਰੀ ਅਤੇ ਸੁਰੱਖਿਆ ਦੀ ਭਾਵਨਾ ਮੋਬਾਈਲ ਫੋਨ ਅਤੇ ਵਿਦਿਆਰਥੀ ਅਤੇ ਫੈਸ਼ਨ ਕੰਪਿਊਟਰ ਦਾ ਜੋੜ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਲਿਖਣਾ ਬੱਚੋ ਅਗਰ ਆਪ ਕਿਸੇ ਵੀ ਸਵਾਲ ਮੇ ਅਟਕ ਗਏ ਹੋ ਉਸ ਦੀ ਫੋਟੋ ਲੈਣੀ ਹੈ ਉਸੇ ਕ੍ਰੋਪ ਕਰਨਾ ਹੈ ਔਰ 3 ਸੈਕਿੰਡ ਦੇ ਅੰਦਰ ਅੰਦਰ ਆਪਕੋ ਵੀਡੀਓ ਸੋਲੂਸ਼ਨ ਮਿਲ ਜਾਏਗਾ चाहे वो क्वेश्चन आपके होमवर्क का हो सी बी एस ई बोर्ड यूपी बिहार मध्य प्रदेश राजस्थान एम पी या फिर और किसी बोर्ड का हो छठी क्लास लेकर बारहवीं क्लास का हर एक सवाल आई आई टी जे ई मेन्स एडवांस नीट सभी के सवालों के जवाब इस ऐप पर है चाहे सब्जेक्ट फिजिक्स केमिस्ट्री मैथ बायोलॉजी सभी सवालों के जवाब इस ऐप पर साथ ही नाइन्थ लेकर ट्वेल्थ क्लास की लाइव क्लासेस चल रही हैं वो भी इंग्लिश और हिंदी मीडियम में आप इसमें जाकर पढ़ाई कर सकते हैं और साथ ही ਇਸ ਪਰ 3 ਕਰੋੜ ਤੋਂ ਜ਼ਿਆਦਾ ਸਟੂਡੈਂਟ ਟਰਸਟ ਕਰਤੇ ਹਨ ਇਸੇ ਅਬੀ ਡਾਊਨਲੋਡ ਕੀਜੀਏ ਜਾ ਕੇ ਡਾਊਟ ਨੋਟ ਐਪ ਨਾਵਾ ਠੀਕ ਹੈ ਜਿਹੜਾ ਤੁਹਾਡਾ ਹੈਗਾ ਵਾ 10 ਨੰਬਰ ਦਾ ਪੁਆਇੰਟ ਬਣਾ ਕੇ ਲਿਖੋਗੇ ਤਾਂ ਬਹੁਤ ਵਧੀਆ ਰਹੂਗਾ ਉਸ ਤੋਂ ਬਾਅਦ ਤੁਹਾਡੇ ਕੋਲ ਪੈਰਾ ਰਚਨਾ ਆ ਗਈ ਤੁਸੀਂ ਟੋਕ ਮਾਸਟਰ ਲੇਖ ਲੈ ਕੇ ਇਸ ਨੂੰ ਥੋੜੇ ਛਾਪਦਾਂ ਵਿੱਚ ਲਿਖਣਾ ਵਾ ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਗ੍ਰਾਮਰ ਕਾਰਪਸ਼ਨ ਵਾਕ ਕਿਸ ਨੂੰ ਕਹਿੰਦੇ ਹਨ ਬੰਤਰ ਦੇ ਆਧਾਰ ਤੇ ਵਾਕਾਂ ਦੀਆਂ ਕਿਸਮਾਂ ਪੰਜਾਬੀ ਧੁਨੀ ਪ੍ਰਬੰਧ ਬਾਰੇ ਜਾਣਕਾਰੀ ਦਿਓ ਕ੍ਰਿਸ਼ੇਦ ਦੋ ਪ੍ਰਸ਼ਨ ਉਤਰਾ ਪ੍ਰਸ਼ਨ ਉਤ ਦੇ ਨੇ ਵਰਣਮਾਲਾ ਕਿਸ ਨੂੰ ਕਹਿੰਦੇ ਹਨ ਪੰਜਾਬੀ ਵਿੱਚ ਕਿਹੜੇ ਕਿਹੜੇ ਵਿਅੰਜਨ ਨਾਸਕੀ ਹੁੰਦੇ ਨੇ ਇੱਕ ਸੰਯੁਕਤ ਵਾਕ ਦੀ ਉਦਾਹਰਨ ਦਿਓ ਇਹ ਲਿਖਿਆ ਵਿੱਚੋਂ ਵਾਕ ਦੀ ਵਧੇ ਵੱਖ-ਵੱਖ ਕਰੋ ਇਹ ਤੁਹਾਡਾ ਕੁਐਸਚਨ ਪੇਪਰ ਆ ਤੁਹਾਡਾ 4 ਨੰਬਰ ਦਾ ਹੋ ਗਿਆ ਟੋਟਲ ਤੁਹਾਡੇ 45 ਨੰਬਰ ਨੇ 45 ਜੋ ਤੁਸੀਂ 45 ਲੈ ਸਕਦੇ ਹੋ ਇਸ ਬਾਰੇ ਤੁਹਾਨੂੰ ਤੁਹਾਡੀ ਨੌਲੇਜ ਹੋਣੀ ਚਾਹੀਦੀ ਹੈ ਗ੍ਰਾਮਰ ਤੁਹਾਨੂੰ ਬੁੱਕ ਤੋਂ ਬਾਹਰ ਹੀ ਆਉਗੀ ਗ੍ਰਾਮਰ ਤੁਹਾਨੂੰ ਬੁੱਕ ਦੇ ਵਿੱਚੋਂ ਨਹੀਂ ਆਉਣੀ ਮੈਂ ਤੁਹਾਨੂੰ ਇੱਕ ਵਾਰ ਫਿਰ ਕਹਿ ਦੇਣਾ ਜਿਹੜੇ ਗ੍ਰਾਮਰ ਦੇ ਕੁਐਸਚਨ ਹੁੰਦੇ ਨੇ ਕੋਤੋਂ ਬੁੱਕ ਦੇ ਵਿੱਚੋਂ ਬਾਹਰ ਆਉਣਾ ਕਿਉਂਕਿ ਸੈਕੰਡ ইয়ার ਦੇ পেপার ਹੋਏ ਨੇ ਗ੍ਰਾਮਰ ਆ ਜਿਹੜੀ ਇੰਗਲਿਸ਼ ਦੀ ਵੀ ਤੁਸੀਂ ਦੇਖ ਲਓ ਚਾਹੇ ਪੰਜਾਬੀ ਦੀ ਦੇਖ ਲਓ ਬੁੱਕ ਦੇ ਵਿੱਚੋਂ ਬਾਹਰ ਆਈ ਸੀ ਉਹ ਬੁੱਕ ਦੇ ਵਿੱਚੋਂ ਨਹੀਂ ਆਈ ਸੀ ਓਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ